ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਵੈਦਰ ਟੀਵੀ ਜਾਨੀ ਕਿ ਪੰਜਾਬ ਮੌਸਮ ਟੀਵੀ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜਿਹੜੇ ਵੀਰਾਂ ਪੈ ਰਹੇ ਨੇ ਹੈ ਤਾਂ ਕਰ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਨਾਲ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਕ ਕੇ ਨਾਲ ਹੀ ਘੰਟੀ ਵਾਲਾ ਬਟਨ ਜ਼ਰੂਰ ਦਬੋ ਤਾਂ ਕਿ ਤੁਹਾਨੂੰ ਮੌਸਮ ਦੀ ਹਰ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਤੇ ਬਿਲਕੁਲ ਫ੍ਰੀ ਹੈ ਆਓ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ 2 ਫਰਵਰੀ 2020 ਦੇ ਮੌਸਮ ਬਾਰੇ ਤਾਂ ਵੀਡੀਓ ਨੂੰ ਅੰਤ ਤੱਕ ਕਰ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਆਪਣੇ ਇਲਾਕੇ ਦੀ ਮੌਸਮ ਦੀ ਜਾਣਕਾਰੀ ਅੱਜ ਦੀ ਮਿਲ ਸਕੇ ਤਾਂ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੇ ਆਪਾਂ ਗੱਲ ਕਰੀਏ ਸਵੇਰ ਦੇ ਮੌਸਮ ਬਾਰੇ ਤਾਂ ਸਵੇਰ ਮੌਸਮ ਵਿੱਚ ਆਪਾਂ ਨੂੰ 70 ਤੋਂ 80% ਏਰੀਆ ਵਿੱਚ ਲਗਭਗ ਪੰਜਾਬ ਵਿੱਚ ਧੁੰਦ ਦਿਖਾਈ ਦੇਵੇਗੀ ਅਤੇ ਹਲਕੀ ਫੁਲਕੀ ਬਦਲੀ ਵੀ ਦਿਖਾਈ ਦੇ ਸਕਦੀ ਹੈ ਕਈ ਇਲਾਕਿਆਂ ਵਿੱਚ ਪਰ ਮੀਂਹ ਦੇ ਕੋਈ ਅਸਰ ਨਹੀਂ ਨਜ਼ਰ ਆ ਰਹੇ ਅਤੇ ਸਵੇਰ ਦਾ ਤਾਪਮਾਨ ਗੁਰਦਾਸਪੁਰ ਅੰਮ੍ਰਿਤਸਰ ਤੇ ਇਹਨਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਾਫੀ ਠੰਡਾ ਰਹੇਗਾ 1 ਤੋਂ 2 ਡਿਗਰੀ ਰਹੇਗਾ ਤੇ ਜੇ ਹੁਣ ਗੱਲ ਕਰੀ ਆਪਾਂ ਦੁਪਹਿਰ ਦੇ ਮੌਸਮ ਬਾਰੇ ਤਾਂ ਦੁਪਹਿਰ ਨੂੰ ਮੌਸਮ ਲਗਭਗ ਸਾਫ਼ ਰਹੇਗਾ ਅਤੇ ਆਪਾਂ ਨੂੰ ਕੜੀ ਧੁੱਪ ਦਿਖਾਈ ਦੇ ਸਕਦੀ ਹੈ ਦਿਨ ਦਾ ਟੈਂਪਰੇਚਰ 19 ਤੋਂ 20 ਡਿਗਰੀ ਰਹੇਗਾ ਤੇ ਹੁਣ ਜੇ ਗੱਲ ਕਰੀ ਆਪਾਂ ਸ਼ਾਮ ਦੇ ਮੌਸਮ ਬਾਰੇ ਤਾਂ ਸ਼ਾਮ ਨੂੰ ਵੀ ਮੌਸਮ ਲਗਭਗ ਸਾਫ਼ ਰਹੇਗਾ ਅਤੇ ਸ਼ਾਮ ਦਾ ਟੈਂਪਰੇਚਰ ਲਗਭਗ 5 ਤੋਂ 6 ਡਿਗਰੀ ਰਹੇਗਾ ਅਤੇ ਜੇ ਹੁਣ ਆਪਾਂ ਗੱਲ ਕਰੀਏ ਹਵਾਵਾਂ ਦੀ ਹਵਾਵਾਂ ਦੀ ਰਫਤਾਰ 7 ਤੋਂ ਲੈ ਕੇ 15 ਤੋਂ 16 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਅਤੇ ਪੱਛਮ ਵੱਲੋਂ ਇਹ ਹਵਾਵਾਂ ਚੱਲਣਗੀਆਂ ਤੇ ਜੇ ਹੁਣ ਆਪਾਂ ਗੱਲ ਕਰੀਏ ਦਿਨ ਚੜ੍ਹਨ ਦੇ ਸਮੇਂ ਬਾਰੇ ਤੇ ਰਾਤ ਦੇ ਸਮੇਂ ਬਾਰੇ ਤਾਂ 7:20 ਤੇ ਦਿਨ ਚੜ੍ਹੇਗਾ ਅਤੇ ਛਿਪਨ ਦਾ ਸਮਾਂ 6:05 ਰਹੇਗਾ ਅਤੇ ਜੇ ਤੁਹਾਨੂੰ ਇਹ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਨਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਘੰਟੀ ਵਾਲਾ ਬਟਨ ਜਰੂਰ ਦਬਾਉਣ ਨਾਲ ਹੀ ਤਾਂ ਕਿ ਤੁਹਾਨੂੰ ਮੌਸਮ ਦੀ ਪਲ-ਪਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਆਉਣ ਵਾਲੀਆਂ ਵੀਡੀਓ ਲਈ ਆਪਣੇ ਚੈਨਲ ਪੰਜਾਬ ਵੈਦਰ ਟੀਵੀ ਨਾਲ ਜਾਨੀ ਕਿ ਪੰਜਾਬ ਮੌਸਮ ਟੀਵੀ ਨਾਲ ਜੁੜੇ ਰਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ